ਤੇ ਉਦੋਂ ਬੜਿਆਂ ਨੂੰ ਲੱਗਦਾ ਸੀ ਵੀ ਯਾਰ ਜਿਹੜੇ ਡਿਪਾਰਟਮੈਂਟ 'ਚ 300 ਕੋਚ ਨੇ ਸਿਰਫ ਹਜੇ ਤੱਕ, ਉਹ ਡਿਪਾਰਟਮੈਂਟ 9000 ਕੋਚ ਕਿੱਥੋਂ ਰੱਖ ਲੂਗਾ, ਉਹ ਡਿਪਾਰਟਮੈਂਟ ਕਿੱਥੋਂ ਸਪੋਰਟਸ ਕੈਡਰ ਜਿਹੜਾ ਅਲੱਗ ਤਿਆਰ ਜਿਹੜਾ ਉਹ ਕਰ ਦੂਗਾ। ਪਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਕੀ ਪਹਿਲੇ ਫੇਸ 'ਚ 260 ਨਰਸਰੀ ਦੇ ਲਈ ਕੋਚਸ ਲਈ ਸਾਰੀ ਉਹਨਾਂ ਨੂੰ ਸ਼ਾਰਟ ਲਿਸਟ ਕਰਕੇ ਇੰਟਰਵਿਊ ਵਗੈਰਾ ਹੋ ਚੁੱਕੀਆਂ ਨੇ। ਸਿਰਫ ਜਿਹੜੀ ਲਿਸਟ ਆਉਣੀ ਜਿਹੜੀ ਉਹ ਬਾਕੀ ਹੈ, ਉਹ ਕਿਸੇ ਵੀ ਟਾਈਮ ਸਾਡੇ, ਕਿਉਂਕਿ ਮੇਰਾ ਪੁਰਾਣਾ ਡਿਪਾਰਟਮੈਂਟ ਹੈ, ਡਿਪਾਰਟਮੈਂਟ ਵੱਲੋਂ ਲਿਸਟ ਤਿਆਰ ਹੈ, ਕਿਸੇ ਵੀ ਸਮੇਂ ਇਸ ਮਹੀਨੇ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ CM ਸਾਹਿਬ 260 ਕੋਚਸ ਨੂੰ ਜੁਆਇਨਿੰਗ ਲੈਟਰ ਜਿਹੜਾ ਉਹ ਦੇ ਦੇਣ, ਤਾਂ ਕਿ ਉਹ ਆਪਣੇ ਆਪਣੇ ਜਿੱਥੇ ਜਿੱਥੇ ਜਿਹੜੀ ਨਰਸਰੀ 'ਚ ਉਹਨਾਂ ਦੀ ਡਿਊਟੀ ਲੱਗੀ ਹੈ ਉੱਥੇ ਜਾ ਕੇ ਉਹ ਜੁਆਇਨ ਕਰ ਸਕਣ। ਮਾਨ ਸਨਮਾਨ ਅਸੀਂ ਬਿਨਾਂ ਸਪੋਰਟਸ ਪਾਲਿਸੀ ਤੋਂ ਪਹਿਲਾਂ ਵੀ ਪਿਛਲੇ 2 ਸਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ, ਕਿਉਂਕਿ 88 ਕਰੋੜ ਦੇ ਅਸੀਂ ਕੈਸ਼ ਪ੍ਰਾਈਜ਼ ਹੈ ਜਿਹੜੇ ਪਿਛਲੇ 2 ਸਾਲ 'ਚ ਆਮ ਆਦਮੀ ਪਾਰਟੀ ਸਰਕਾਰ ਦੇ ਚੁੱਕੀ ਨੇ। ਤੁਸੀਂ ਸਾਰੇ ਮੀਡੀਆ ਕਵਰ ਕਰਦੇ ਰਹੇ ਹੋ, ਇਲੈਕਸ਼ਨ ਈਅਰ 'ਚ ਤਾਂ DSP ਵੀ ਲਾਉਂਦੇ ਸੀ, ਕੈਸ਼ ਪ੍ਰਾਈਜ਼ ਵੀ ਵਧਾ ਕੇ ਦੇਂਦੇ ਸੀ। ਜੇ ਇਲੈਕਸ਼ਨ ਈਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਪ੍ਰਾਈਜ਼, ਅਸੀਂ 88 ਕਰੋੜ ਦੇ ਪਹਿਲੇ 2 ਸਾਲਾਂ 'ਚ, ਅਤੇ ਮਹੀਨਾ ਨਹੀਂ ਪੈਣ ਦਿੰਦੇ ਜਦੋਂ ਟੂਰਨਾਮੈਂਟ ਖਤਮ ਹੁੰਦਾ, ਨਾਲ ਦੀ ਨਾਲ ਪ੍ਰਾਈਜ਼ ਜਿਹੜਾ ਉਹ ਦੇ ਦਿੰਦੇ ਹਾਂ। ਪਰ ਫਿਰ ਵੀ ਇਹ ਦਿੱਕਤ ਆ ਰਹੀ ਸੀ ਕਿ ਜੀ ਨੌਕਰੀਆਂ ਜਿਹੜੀਆਂ ਖਿਡਾਰੀਆਂ ਨੂੰ ਨਹੀਂ ਮਿਲ ਰਹੀਆਂ। ਠੀਕ ਹੈ, ਕਈ ਵਾਰੀ ਬਿਨਾਂ ਪਾਲਿਸੀ ਤੋਂ ਵੀ ਇੱਥੇ ਨੌਕਰੀਆਂ ਦਿੱਤੀਆਂ ਜਾਂਦੀਆਂ, ਪਰ ਇੱਕ ਪੱਕੀ ਪਾਲਿਸੀ ਦੀ ਬੜੀ ਜ਼ਰੂਰਤ ਸੀ, ਕਿਉਂਕਿ ਜੇ ਤਾਂ ਉਹੀ ਗੱਲ ਦੁਬਾਰਾ ਆ ਗਈ ਵੀ ਪਿੱਕ ਐਂਡ ਚੂਜ਼ ਕੀਤਾ ਜਾਂਦਾ ਸੀ, ਇਲੈਕਸ਼ਨ ਈਅਰ 'ਚ ਨੌਕਰੀਆਂ ਵੀ ਪੈਸੇ ਵੀ ਨਹੀਂ, ਕੋਈ ਨੌਕਰੀ ਨਹੀਂ, ਉਹਦੇ ਲਈ ਸਾਨੂੰ ਸਮਾਂ ਤਾਂ ਲੱਗਿਆ ਕਿਉਂਕਿ ਖੇਡ ਪਾਲਿਸੀ ਅਸੀਂ ਸ਼ੁਰੂ ਕੀਤੀ, ਉਹਦੀ ਹੁਣ ਜਿਹੜੇ ਨਵੇਂ ਅਸੀਂ ਰੂਲਸ ਫਰੇਮ ਕੀਤੇ ਉਹ ਨੋਟੀਫਾਈ ਵੀ ਹੋ ਚੁੱਕੇ ਆ ਕਿ 500 ਪੋਸਟਾਂ ਵਿਦ ਇਨ ਸਪੋਰਟਸ ਡਿਪਾਰਟਮੈਂਟ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ। ਕਈ ਖਿਡਾਰੀਆਂ ਦਾ ਤੁਸੀਂ ਸੁਣਿਆ ਵੀ ਹੋਣਾ ਜਿਹੜੇ ਕਹਿੰਦੇ ਜੇ ਅਸੀਂ ਉਦੋਂ ਮੈਡਲ ਲੈ ਕੇ ਸਾਨੂੰ ਨੌਕਰੀ ਨਹੀਂ ਮਿਲੀ। 2016 ਤੋਂ ਬਾਅਦ ਜਿੰਨੇ ਵੀ ਨੈਸ਼ਨਲ ਗੇਮ ਦੇ ਮੈਡਲਿਸਟ ਹੈ, ਏਸ਼ੀਅਨ ਗੇਮ ਦੇ ਮੈਡਲਿਸਟ ਹੈ, ਕਾਮਨਵੈਲਥ ਗੇਮ ਦੇ ਮੈਡਲਿਸਟ ਹੈ, ਅਤੇ ਓਲੰਪਿਕ ਦੇ ਚਾਹੇ ਇਕੱਲੇ ਪਾਰਟੀਸਪੈਂਟਸ ਵੀ ਹੈ, ਸਾਰਿਆਂ ਨੂੰ ਜਿਹੜੀ ਨੌਕਰੀ ਹੈ ਉਹ ਇਸ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਹੈ ਉਹ ਮਿਲੂਗੀ। ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੀ ਐਡ ਹੈ ਜਿਹੜੀ ਨਿਊਜ਼ ਪੇਪਰ 'ਚ ਜਿਹੜੀ ਹੈ ਉਹ ਦੇ ਦੇਵਾਂਗੇ। ਅਤੇ ਜਿੰਨੇ ਮੈਂ ਉਦਾਹਰਨ ਤੌਰ 'ਤੇ ਵੀ ਕਹਾਂ, ਉਹ ਹਰਜਿੰਦਰ ਹੈ ਕੁੜੀ, ਅਰਜਨ ਬਬੂਤਾ ਪਾਰਟੀਸਪੇਟ ਕਰਕੇ ਓਲੰਪਿਕ ਦੇ ਵਿੱਚ, ਜਿੰਨੇ ਵੀ ਖਿਡਾਰੀ ਨੇ ਸਾਰਿਆਂ ਨੂੰ 100% ਨੌਕਰੀ ਜਿਹੜੀ ਗਰੰਟੀ ਹੈ ਇਸ ਪਾਲਿਸੀ ਦੇ ਵਿੱਚ ਜਿਹੜੀ ਆ ਕੀਤੀ ਗਈ ਹੈ। ਜਦੋਂ ਐਡ ਆ ਗਈ ਸਾਰੇ ਖਿਡਾਰੀ ਜਿਹੜੇ ਪਾਰਟੀਸਪੇਟ ਕਰ ਸਕਦੇ ਆ। ਤੁਸੀਂ ਦੇਖੋ ਵੀ 2016 ਅਕਾਲੀ ਦਲ ਦੀ ਸਰਕਾਰ ਵੇਲੇ ਦੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਖਿਡਾਰੀਆਂ ਨੂੰ ਵੀ 5 ਸਾਲ ਕਾਂਗਰਸ ਸਰਕਾਰ ਦੇ ਵੀ ਲੰਘ ਗਏ, ਸਾਰਿਆਂ ਨੂੰ ਜਿਹੜੀ ਨੌਕਰੀ ਦੇਣ ਦਾ ਕੰਮ ਹੈ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਜਿਹੜੀ ਕਰੂਗੀ। ਅਤੇ ਆਉਣ ਵਾਲੇ ਸਮੇਂ 'ਚ ਵੀ ਇਹ ਪਾਲਿਸੀ ਦੇ ਰਾਹੀਂ ਕੱਲ੍ਹ ਨੂੰ ਕੋਈ ਕਿਸੇ ਮੰਤਰੀ ਕੋਲ ਕਿਸੇ ਲੀਡਰ ਕੋਲ ਜਾਵੇ ਨਾ ਜਾਵੇ, ਉਹਨੂੰ ਆਪਣੀ ਪਾਲਿਸੀ ਦੇ ਹਿਸਾਬ ਨਾਲ ਅੱਜ ਹੀ ਜਿਹੜੇ ਖਿਡਾਰੀ ਤਿਆਰੀ ਕਰ ਰਹੇ ਹੈ ਉਹਨਾਂ ਨੂੰ ਪਤਾ ਵੀ ਜੇ ਮੈਂ ਫਲਾਣੇ ਟੂਰਨਾਮੈਂਟ 'ਚੋਂ ਮੈਡਲ ਲੈ ਕੇ ਆਊਂ ਤਾਂ ਮੈਨੂੰ ਆਹ ਨੌਕਰੀ ਜਿਹੜੀ ਹੈ ਉਹ ਮਿਲੂਗੀ। ਸੋ ਮੈਂ ਮੰਨਦਾ ਕਿ ਆਪਣੇ ਆਪ 'ਚ ਇੱਕ ਬਹੁਤ ਵੱਡੀ ਅਚੀਵਮੈਂਟ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਹਿ ਲਓ ਇਹ ਹਾਸਲ ਕੀਤੀ ਹੈ ਕਿ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਇੱਕ ਲਿਆ।